बेरोजगार सांझे मोर्चे ने प्रशासन वालों दित्तियां मीटिंगां दे बेसिटा रहन जां रद्द होण तों खफा हो के बेरोजगार अज मोती महल वल नूं कूच करन लगे, जिथे रस्ते विच उन्हां नूं घेर के पुलिस वालों गिरफ्तार किया गया। इस मौके मोर्चे के आगू सुखविंदर सिंह ढिलवां, जगसीर सिंह घुमान, हरजिंदर सिंह झुनीर, कृष्ण सिंह नाभा अते सुखदेव सिंह जलालाबाद ने कहा कि कांग्रेस सरकार घर घर नौकरी अते बेरोजगारी भत्ता देण तों तां भज्जी ही है, सगों अनेकां वार मीटिंगां दे लारे लगा के भी बेरोजगार ਦੇ ਮਸਲੇ ਹੱਲ ਕਰਨ ਲਈ ਮੀਟਿੰਗਾਂ ਨਹੀਂ ਕੀਤੀਆਂ ਜਾ ਰਹੀਆਂ। ਸਿੱਖਿਆ ਦੇ ਤੇ ਸਿਹਤ ਦੇ ਉਹ ਆਪਣੀਆਂ ਮੰਗਾਂ ਦੇ ਲਈ ਇੱਥੇ ਰੋਸ ਪ੍ਰਦਰਸ਼ਨ ਕਰਨ ਆਏ ਸੀਗੇ। ਉਹਨਾਂ ਦੀ ਆਉਂਦਿਆਂ ਹੀ ਕੋਈ ਗੱਲ ਨਹੀਂ ਸੁਣੀ ਗਈ, ਕੋਈ ਉਹਨਾਂ ਨਾਲ ਪੁੱਛਿਆ ਨਹੀਂ ਗਿਆ ਕਿ ਕੀ ਤੁਹਾਡੇ ਮੰਗਾਂ ਮਸਲੇ ਹੈ, ਕੀ ਕੋਈ ਮੰਗ ਪੱਤਰ ਲੈਣਾ ਹੈ, ਕੋਈ ਮਸਲਾ ਹੱਲ ਕਰਾਉਣਾ ਹੈ, ਕੋਈ ਮੀਟਿੰਗ ਕਰਾਉਣੀ ਆ। ਆਉਂਦੇ ਹੀ ਉਹਨਾਂ 'ਤੇ ਅੰਨੇਵਾਹ ਜਿਹੜੀ ਆ ਡਾਂਗ ਵਾਹ ਦਿੱਤੀ ਗਈ ਆ, ਔਰ ਨਾਲ ਦੀ ਨਾਲ ਚੱਕ ਕੇ ਉਹਨਾਂ ਵਿਚਾਰੇ ਬੱਚੇ ਬੱਚੀਆਂ ਨੂੰ, ਮੁੰਡੇ ਕੁੜੀਆਂ ਨੂੰ ਅਤੇ ਗੱਡੀਆਂ ਦੇ ਵਿੱਚ ਡੱਕ ਕੇ ਅਣ ਦੱਸੀ ਥਾਂ ਦੇ ਉੱਤੇ ਗ੍ਰਿਫਤਾਰ ਕਰਕੇ ਲੈ ਗਏ ਆ। ਅਤੇ ਹਾਂਜੀ, ਕੁੜੀਆਂ ਮੁੰਡਿਆਂ ਦਾ ਇੱਥੇ ਕੋਈ ਫਰਕ ਹੀ ਨਹੀਂ ਰੱਖਿਆ ਗਿਆ, ਉਹਨਾਂ ਨੂੰ ਖਿੱਚ ਤੂੰ ਪੱਗਾਂ ਲਾ, ਗੁੱਤਾਂ ਪੱਟ ਅਤੇ ਠੁੱਡੇ ਠੇਡੇ ਮਾਰ ਕੇ, ਡਾਂਗਾ ਮਾਰ ਕੇ ਉਹਨਾਂ ਨੂੰ ਇਸ ਤਰ੍ਹਾਂ ਬਦਤਮੀਜ਼ੀ ਦੇ ਨਾਲ ਉਹਨਾਂ 'ਤੇ ਤਸ਼ੱਦਦ ਕੀਤਾ ਗਿਆ। ਪੰਜਾਬ ਦੀ ਧਰਤੀ ਦੇ ਉੱਤੇ ਇਹ ਮੁਗਲ ਸਾਮਰਾਜ ਵੇਲੇ ਦਾ ਉਸੇ ਕਿਸਮ ਦਾ ਰਾਜ ਆ ਜਿਸ ਕਿਸਮ ਦੇ ਮੁਗਲ ਰਾਜੇ ਜਿਹੜੇ ਸੀ ਉਹ ਲੋਕਾਂ ਨਾਲ ਕਰਦੇ ਸੀ ਜਦੋਂ ਮੰਗ ਆਪਣੇ ਹੱਕ ਮੰਗਦੇ ਸੀਗੇ। ਇਸ ਕਰਕੇ ਜਿਵੇਂ ਮੁਗਲ ਰਾਜ ਗਿਆ, ਰਿਆਸਤੀ ਰਾਜ ਗਏ ਅਤੇ ਬਰਤਾਨਵੀ ਸਾਮਰਾਜ ਇੱਥੋਂ ਗਿਆ, ਇਹਨਾਂ ਦਾ ਹੁਣ ਵਿਦਾ ਹੋਣ ਦਾ ਟਾਈਮ ਆ ਗਿਆ, ਕਿਉਂਕਿ ਲੋਕ ਜਾਗ ਚੁੱਕੇ ਆ। ਪੜ੍ਹੇ ਲਿਖੇ ਨੌਜਵਾਨ ਰੁਜ਼ਗਾਰ ਨਹੀਂ ਮੰਗਣਗੇ ਤਾਂ ਕੀ ਨਹੀਂ ਕਰਨਗੇ। ਉਹਨਾਂ ਨਾਲ TET ਪਾਸ ਕੀਤਾ ਹੋਇਆ, ਉਹਨਾਂ ਨੇ ਪੂਰੀਆਂ ਡਿਗਰੀਆਂ ਉਹਨਾਂ ਦੇ ਕੋਲ ਨੇ, ਉਹ ਪੜ੍ਹੇ ਲਿਖੇ ਆ, ਯੋਗਤਾਵਾਂ ਪੂਰੀਆਂ ਕਰਦੇ, ਰੁਜ਼ਗਾਰ ਕਿਉਂ ਨਾ ਹੋਵੇ ਉਹਨਾਂ ਦਾ। ਦੇਸ਼ ਦੁਨੀਆਂ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ TV। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ TV ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।